ਆ ਪਾਕਾ, ਉਹ ਯਾਰ ਕਿਸ ਮੁਸੀਬਤ ਮੇਂ ਪੜ ਗਿਆ, ਜਿੱਧਰ ਆਪਣੇ ਇਲਾਕੇ ਮੇਂ ਬੜਾ ਮੌਜ ਕਰਤਾ ਥਾ, ਜਿੱਧਰ ਚੌਕੀਦਾਰੀ ਕੀ ਨੌਕਰੀ ਮਿਲ ਗਿਆ ਹੈ। ਓਏ ਹੋਏ 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 ਹੋਏ, ਦੇਖੋ ਸੇਠ ਲੋਕ ਰਾਤ ਕੋ ਤਾਲਾ ਵੈਸੇ ਹੀ ਖੁੱਲ੍ਹਾ ਛੋੜ ਕੇ ਚਲਾ ਜਾਤਾ ਹੈ, ਅਗਰ ਚੋਰੀ ਹੋ ਜਾਏ ਤੋ ਖਾਨ ਕਾ ਕਸੂਰ ਹੈ। ਵਾਹ ਮੇਰੇ ਮਾਲਕਾ, ਕਿਸ ਮੁਸੀਬਤ ਮੇਂ ਪੜ ਗਿਆ ਯਾਰਾ, ਵਾਹ ਖੁਦਾ ਪਾਕਾ, ਹਮਕੋ ਇਤਨਾ ਪੈਸਾ ਦੇ ਕੇ ਹਮ ਆਪਣੇ ਮੋਹਰਾ ਕੇ ਪਾਸ ਜਾਏ, ਮੋਹਰਾ ਦਾ ਖਾਨਾ ਦੇ ਖਾਨ ਪੱਖ ਪਲੇ ਜ਼ੰਬੋਰ ਦੇ ਦਾ ਉਸ ਦਾ ਐਨ ਗੈਨ ਲਾਮੀਮ ਜੇ ਛੋਟੀ ਜੇ ਜਾਂ ਵੱਡੀ ਜੇ, ਹੈਂ ਦਾ ਜਾਬਰ ਖਾਨ ਦਾ ਪੈਰ ਪੋਈ ਦਾ ਜਾਂ ਦੁਸ਼ਮਨ ਪਸੀਨਾ ਪੂੰਜੀ, ਲੇਕਿਨ ਜਿੱਧਰ ਜਿੱਧਰ ਹਮਾਰਾ ਨਾਮ ਹੀ ਖਤਮ ਹੋ ਗਏ। ਵੇ ਲੋਕੋ, ਵੇ ਜਾਗਦੇ ਰਹਿਣਾ ਵੇ। ਓਏ ਹੋਏ ਹੋਏ, ਦੇਖ ਲਾ ਤੀਫਿਆ, ਸਾਰੀ ਦਿਹਾੜੀ ਅੱਠਾਂ ਬਾਜ਼ਾਰਾਂ 'ਚ ਫਿਰੇ ਹਾਂ, ਕਿੱਥੋਂ ਆਪਾਂ ਪਿੰਡੋਂ ਨਿਕਲੇ ਹਾਂ ਮਿਹਨਤ ਕਰਨ ਲਈ, ਅਤੇ ਕੰਮ ਨਹੀਂ ਲੱਭਿਆ, ਨਹੀਂ ਲੱਭਿਆ, ਨਹੀਂ ਲੱਭਿਆ, ਭੁੱਖੇ ਪਿਆਸੇ ਸ਼ਹਿਰਦਾਰੀ ਦੇਖ ਲਾ, ਵੀ ਅਹਿਸਾਸ ਨਾ ਦੀ ਤਾਂ ਗੱਲ ਮੁੱਕ ਹੀ ਗਈ ਹੈ। ਮੈਂ ਕਿਹਾ ਮੁਰਦਿਆ ਇੰਨੀਆਂ ਮਿੰਨਤਾਂ ਜਿੰਨੀਆਂ ਤੂੰ ਮਿੰਨਤਾਂ ਕੀਤੀਆਂ, ਖਰੇ ਅੱਲਾ ਕੋਲ ਡਾਇਰੈਕਟ ਮੰਗ ਲੈਂਦਾ, ਕੁਛ ਨਾ ਕੁਛ ਖਾਣ ਨੂੰ ਲੱਭ ਜਾਣਾ ਸੀ। ਉਹਦੇ ਤੋਂ ਹੀ ਮੰਗਦੇ ਆ ਸਾਰੇ, ਅਸੀਂ ਵੀ ਉਹ ਤੋਂ ਹੀ ਮੰਗਦੇ ਹਾਂ, ਦਿੰਦਾ ਹੀ ਉਹ। ਮੈਂ ਤੇਰੇ ਨਾਲ ਹੀ ਰਿਹਾ, ਕੋਈ ਦੁਕਾਨਦਾਰ ਨਹੀਂ ਛੱਡਿਆ ਤੂੰ। ਚੁੱਪ ਕਰ ਜਾ, ਪਿੰਡ ਜਾ ਕੇ ਕੋਈ ਗੱਲ ਨਾ ਕਰੀ, ਅਸੀਂ ਅੱਗੇ ਥੱਕੇ ਪਏ ਹਾਂ, ਰਾਤ ਦੇ 2 ਵੱਜ ਗਏ ਆ। ਅੱਲਾ ਨੇ ਜਗ੍ਹਾ ਦੇ ਦਿੱਤੀ ਆ, ਬਸ ਕਰ, ਅੱਲਾ ਨੇ ਤੈਨੂੰ ਬੜਾ ਇੱਥੇ ਛੱਤ ਪਾ ਕੇ ਜਗ੍ਹਾ ਦੇ ਦਿੱਤੀ ਆ, ਥੜੇ ਤੇ ਪਿਆ ਕੁੱਤੇ ਵਾਂਗੂ ਤੂੰ। ਇੱਕ ਮੇਰੀ ਗੱਲ ਸੁਣ ਲਾ, ਆਪਾਂ ਪਏ ਹਾਂ ਮਾਰਕੀਟ 'ਚ, ਇਹ ਸ਼ਹਿਰਦਾਰੀ ਆ, ਇੱਥੇ ਚੌਂਕੀਦਾਰ ਸੌਣ ਨਹੀਂ ਦਿੰਦੇ, ਅਤੇ ਅਸੀਂ ਬਸ ਹਰਕਤ ਨਾ ਕੋਈ ਵੀ ਕਰੀ, ਵੀ ਬਾਅਦ 'ਚ ਮੈਂ ਕਾਲਾ ਮੂੰਹ ਕਰਾ ਲਵਾਂ। ਮੂੰਹ ਤਾਂ ਅੱਗੇ ਹੀ ਮਾਸ਼ਾਅੱਲਾ ਉੱਦਾਂ ਦਾ ਹੀ ਹੈ, ਤੂੰ ਹਲੇ ਇਹਦਾ ਕੀ ਕਰਾਉਣਾ ਕਾਲਾ? ਬਹੁਤ ਅੱਛੇ, ਤੈਨੂੰ ਨਾਲ ਮੈਂ ਐਵੇਂ ਹੀ ਲਿਆਇਆ। ਹਾਂਜੀ, ਮੈਂ ਕਿਹਾ ਵੀ ਚਾਚੇ ਮਾਨੇ ਨੂੰ ਵੀ ਇਹਨੂੰ ਘਰੇ ਹੀ ਰੱਖ। ਮੈਂ ਵੀ ਮੁੰਡਿਆ ਫਸ ਗਈਆਂ ਤੇਰੇ ਨਾਲ ਆ ਕੇ, ਕਦੀ ਵੀ ਮੈਂ ਇੱਦਾਂ ਨਹੀਂ ਸੀ ਸੁੱਤਾ, ਪਿੰਡ ਬੜੀ ਸੋਹਣੀ ਮੰਜੀ ਡੱਠੀ ਹੁੰਦੀ ਸੀ, ਮੈਂ ਬਾਹਰ ਪਿਆ ਹੁੰਦਾ ਸੀ, ਪਾਣੀ ਵੀ ਆ ਜਾਂਦਾ ਸੀ ਘਰੋਂ, ਇੱਥੇ ਨਾ ਕਿਸੇ ਨੇ ਪਾਣੀ ਪੁੱਛਣਾ ਨਾ ਧਾਣੀ, ਤੂੰ ਚੰਗਾ ਮੈਨੂੰ ਅਜ਼ਾਬ 'ਚ ਫਸਾ ਦਿੱਤਾ, ਸੌਲਾ ਹੁਣ 2 ਘੜੀ ਅੱਖ ਲਾ ਲਾ। ਚੱਲ ਇੱਧਰੋਂ, ਉੱਧਰ ਨੂੰ ਹੋ, ਜੁੱਤੀ ਨਾ ਮੇਰੀ ਬਾਹਰ 'ਚ ਸਵੇਰ ਨੂੰ ਤੜਕੇ ਕਿਸੇ ਨੂੰ ਵੇਚੀ ਹੋਵੇ, ਮੈਂ ਵੀ ਸਿਰ ਥੱਲੇ ਹੀ ਰੱਖਣੀ ਆ। ਸਿਰ ਥੱਲੇ? ਅੱਗੇ ਤੇਰੇ ਸਿਰ 'ਚ ਪੈਂਦੀਆਂ, ਹੁਣ ਸਿਰ ਥੱਲੇ ਰੱਖ ਲਾ, ਬਹਿ ਜਾ। ਸਾਰੀ ਜ਼ਿੰਦਗੀ ਤੇਰੀ ਭੁੱਖ 'ਚ ਹੀ ਲੰਘੀ ਆ, ਤੇਲੇ ਜਿਹੜੇ ਤੜਕੇ ਪਰੌਂਠੇ ਆ ਜਾਣੇ ਆ ਨਾ, ਪੈ ਜਾ। ਗੰਦੀ ਮੱਛੀ ਵਰਗਾ ਮੂੰਹ ਆ ਤੇਰਾ, ਖਰਾਬ ਨਾਲੀ ਵਰਗਾ ਕੀੜਾ ਲੱਗਣਾ, ਮੈਨੂੰ ਵੀ ਭੁੱਖਿਆ ਮਰਵਾਇਆ। ਮੈਂ ਫਿਰ ਕਹੀ ਜਾਂਦਾ, ਚੌਂਕੀਦਾਰ ਆਵੇ ਤੇ ਮੇਰੀ ਗੱਲ ਸੁਣ ਲਾ, ਚੌਂਕੀਦਾਰ ਦੇ ਅੱਗੇ ਬਦਤਮੀਜ਼ੀ ਨਹੀਂ ਕਰਨੀ ਹੈਗੀ। ਮੈਨੂੰ ਕਿਹੜੀ ਲੋੜ ਕਰਨੀ, ਕੁੱਟ ਕੁੱਟ ਤੈਨੂੰ ਪਾਉਣੀ ਆ, ਲੱਖ ਦੀ ਲਾਣ ਤੇਰੇ ਤੇ। ਓ ਯਾਰਾ, ਇਹ ਕੌਣ ਹੈ ਇੱਧਰ ਸੋਇਆ ਹੋਇਆ? ਵੇ ਖਾਨਾ ਖਰਾਬ ਕਾ ਬੱਚੀ, ਵੇ ਵੇ ਉਠੋ ਉਠੋ ਉਠੋ, ਵੇ ਉਠੋ ਵੇ ਉਠੋ 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 ਉਠੋ, ਖਾਨਾ ਖਰਾਬ ਕਾ ਬੱਚਾ, ਇਹ ਤਾਂ ਸੋਇਆ ਹੋਇਆ ਤੁਮ। ਖਾਨ ਸਾਹਿਬ ਨੇ ਮੇਰਾ ਛੋਟਾ ਦੋਸਤ ਆ, ਵੇ ਦੋਸਤ ਕਾ ਬੱਚਾ, ਇਹ ਤਾਂ ਚੋਰੀ ਮੋਰੀ ਹੋਤਾ ਹੈ, ਕੱਲ ਵੀ ਹਮਾਰਾ ਇੱਧਰ ਸੇ 2 ਦੁਕਾਨੋਂ ਸੇ ਚੋਰੀ ਹੋ ਗਿਆ ਹੈ, ਵੇ ਤੁਮਨੇ ਕੀਆ ਵੋ ਚੋਰੀ? ਓ ਖਾਨ ਸਾਹਿਬ, ਅਸੀਂ ਤਾਂ ਚੰਗੋ ਆਏ ਹਾਂ ਕੰਮ ਲੱਭਣ ਲਈ। ਵੇ ਕੰਮ ਤੁਮੇ ਪਤਾ ਨਹੀਂ ਲੱਭੇਗਾ ਨਹੀਂ ਲੱਭੇਗਾ, ਇੱਧਰ ਸੇ ਮਾਲ ਲੱਭ ਜਾਏਗਾ ਤੁਮੇ। ਖਾਨ ਸਾਹਿਬ ਚੌਂਕੀਦਾਰ ਹੋ ਕੋਈ ਗੋਲਕੀਪਰ ਹੋ? ਵੇ ਬਕਵਾਸ ਨਹੀਂ ਕਰੋ, ਏ ਚਲੋ ਇੱਧਰ ਸੇ ਉੱਠੋ ਨਿਕਲੋ। ਖਾਨ ਸਾਹਿਬ ਪਰਦੇਸੀ ਬੰਦੇ ਆ, ਸਾਸ ਕਰੀ ਦਾ ਹੁੰਦਾ ਵਾ। ਵੇ ਪਰਦੇਸੀ ਤੂੰ ਅੰਬ ਵੀ ਆਈ ਇੱਧਰ, ਤੂੰ ਕਾ ਗੈਰ ਸੀ ਇੱਧਰ ਆਇਆ ਨੌਕਰੀ ਕਰਨ ਦੇ ਲਈ? ਆਹੋ ਉੱਥੇ ਲੱਭਿਆ ਨਹੀਂ ਨਾ ਹੋਣਾ ਕੰਮ। ਵੇ ਚਲੋ ਉੱਠੋ 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 ਉੱਠੋ, ਨਿਕਲੋ ਇੱਧਰ ਸੇ। ਹਮ ਮਜ਼ਦੂਰ ਆਦਮੀ ਆ ਖਾਨ ਸਾਹਿਬ, ਇੱਥੇ ਬੈਠੋ।
ਵੋ ਯਾਰ ਮਜ਼ਦੂਰ ਕਾ ਬਾਤ ਨਹੀਂ ਕਰੋ ਹਮਾਰੇ ਸਾਥ। ਖਾਨ ਸਾਹਿਬ ਸੁਬਾਹ ਦੇ ਭੁੱਖੇ ਫਿਰਨ ਲਏ ਹੈ। ਵੋ ਯਾਰ ਹਮਨੇ ਵੀ ਕੁਛ ਨਹੀਂ ਖਾਇਆ ਸੁਬਹ ਕੋ। ਤੂੰ ਵੀ ਘਰੋਂ ਕੱਢਿਆ ਹੋਇਆ? ਵੋ ਯਾਰ ਵੋ ਹਮ ਆਪਣੇ ਇਲਾਕੇ ਸੇ ਯਦਰ ਆਇਆ ਥਾ। ਪੈਦਲ ਆਇਆ? ਕਹਤੇ ਪੰਜਾਬ ਮੇ ਬੜਾ ਨੌਕਰੀ ਮਿਲਤਾ ਹੈ, ਹਾਂ ਬੜਾ ਪੈਸਾ ਮਿਲਤਾ ਹੈ। ਅੱਛਾ, ਯਦਰ ਆਇਆ ਤੋ ਹਮ ਖੱਜਲ ਖਰਾਬ ਹੋ ਗਿਆ, ਜਲੀਲ ਖੁਆਰ ਹੋ ਗਿਆ। ਉਹ ਤਾਂ ਉੱਥੇ ਵੀ ਓਏ ਮੋਰਾ, ਇੱਥੇ ਕਿਹੜਾ ਮੋਰਾ ਵਾ, ਪੱਖਾ ਲੱਗਾ ਹੋਇਆ, ਕਿਹੜਾ ਮੋਰਾ ਇੱਥੇ। ਓਏ ਮੋਰਾ ਹਮ ਤੁਮਾਰਾ ਬਾਤ ਮਾਨ ਲੇਤੇ ਤੋ ਯਦਰ ਨਾ ਆਤਾ, ਕਿਤਨਾ ਅੱਛਾ ਹੋਤਾ। ਇਹ ਮੋਰਾ ਕੌਣ ਹੈ ਖਾਨ ਸਾਹਿਬ? ਓਏ ਓਏ ਤੁਮ ਕਿਆ ਬਕਵਾਸ ਕਰਤੀ ਹੈ, ਤੇਰਾ ਵੱਡੇ ਮੁੰਡੇ ਦਾ ਨਾਮ ਆ ਮੋਰਾ? ਪਠਾਨ ਤੂੰ ਸੀਮਟ ਦਾ ਬਣਿਆ ਹੋਇਆ? ਵੇ ਵੇ ਤੂੰ ਹਮਕੋ ਨਹੀਂ ਜਾਣਤਾ। ਵੇ ਜਾਬਰ ਖਾਨ ਦਾ ਪੈਰ ਪੋਈ ਦੇ ਦਾ ਦੁਸ਼ਮਨ ਪਸੀਨਾ ਪੂੰਜੀ। ਪੂੰਜੀ ਜਾਬਰ ਖਾਨ ਦੇ ਪੈਰ ਕਿਉਂ ਧੋਨਾ ਤੂੰ? ਵੇ ਜਾਬਰ ਖਾਨ ਮਾਰਾ ਨਾਮ ਹੈ। ਤੇਰਾ ਨੂੰ ਜਾਬਰ ਖਾਨ? ਵੇ ਜਾਬਰ ਖਾਨ ਵਲ ਜ਼ਬਰਦਸਤ ਖਾਨ। ਜ਼ਬਰਦਸਤੀ? ਵੇ ਬਾਪ ਕਾ ਨਾਮ ਹੈ ਜ਼ਬਰਦਸਤ ਖਾਨ। ਅੱਛਾ ਅੱਛਾ, ਜ਼ਬਰਦਸਤੀ ਨਾਲ ਹੋਏ ਹੋ। ਵੇ ਯਾਰਾ ਦੇਖੋ ਤੁਮ ਹਮਸੇ ਇਧਰ ਕਤਲ ਮਤਲ ਹੋ ਜਾਏਗਾ, ਹਮਾਰੇ ਸਾਥ ਮਜ਼ਾਕ ਨਹੀਂ ਕਰੋ। ਵੇ ਮੋਰਾ 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 ਕਿੱਧਰ ਚਲਾ ਗਿਆ ਤੂੰ? ਜਾ ਉੱਥੋਂ ਕਈ ਤੇ ਨਾ ਕੜਾਈ ਤੇ ਲੈ ਕੇ ਆਇਆ, ਮੋਰਾ ਤਾਂ ਬੰਦ ਕਰੀਏ ਉੱਤੋਂ। ਵੇ ਦੇਖੋ ਹਮ ਬੜਾ ਸਖਤ ਆਦਮੀ ਹੈ। ਉਹ ਸਖਤ ਕੀ ਗੱਲ ਆ ਤੇਰੇ? ਉਹ ਯਦਰ ਇਲਾਕੇ ਮੇ ਲੋਗ ਹਮਾਰੇ ਸਾਥ ਉੱਚੀ ਆਵਾਜ਼ ਮੇ ਬਾਤ ਨਹੀਂ ਕਰਤੇ। ਕਿਉਂ ਗੁੰਗੇ ਨਾ ਕਰਦਾ? ਦਖਾਨ ਨਾ ਦਖਾਨ ਪਖ ਪਲੇ ਜ਼ਬੋਰ ਦੇ ਦੋਸਤ ਐਨ ਗੈਨ ਲਾ ਮੀਮ ਜੇ ਛੋਟੀ ਜੇ ਵੱਡੀ ਜੇ। ਉਹ ਛੋਟੀ ਜੇ ਵੱਡੀ ਜੇ ਅਸੀਂ ਟਿਊਸ਼ਨ ਆਏ ਆ ਤੇ ਕੋਲੇ ਪੜਨ ਆ ਦਾਗੜੇ। ਯਦਰ ਉਠੋ ਉਠੋ ਉਠੋ, ਨਿਕਲੋ ਯਾਰ ਨਿਕਲੋ। ਵੇ ਨਿਕਲੋ ਯਦਰ ਸੇ ਨਿਕਲੋ, ਚਲੋ ਚਲੋ ਨਿਕਲੋ। ਕਾਨ ਸਾਡੀ ਮਜਬੂਰੀ ਸੁਣ ਲਾ। ਵੇ ਜਾਬਰ ਖਾਨ ਦਾ ਪੈਰ ਪੋਈ ਦੇ ਦਾ ਦੁਸ਼ਮਨ ਪਸੀਨਾ ਪੂੰਜੀ। ਉਹ ਪੂੰਜਿਆ ਹੁੰਦਾ ਖਾਨ ਸਾਹਿਬ? ਪੂੰਜੀ ਕੀ ਹੁੰਦਾ ਵਾ? ਮੋਰਾ ਕਿੱਥੇ ਮੋਰਾ ਇਹ ਕਿੱਧਰ ਆ ਗਿਆ? ਕਿੱਥੇ ਆ? ਵੇ ਯਦਰ ਬੈਠ ਬੋਤ ਬੈਠ ਉਠੋ। ਖਾਨਾ ਖਰਾਬ ਕਾ ਬੱਚਾ ਖਾਨ ਸਾਹਿਬ, ਸਾਡੇ ਕੋਲ ਸੀ 200 ਰੁਪਈਆ, ਹਮਾਰੇ ਠੇਕੇਦਾਰ ਨੇ ਵੀ 2 ਮਾਹ ਸੇ ਹਮਕੋ ਤਨਖਾਹ ਨਹੀਂ ਦੀ। ਖਾਨ ਸਾਹਿਬ ਅਹਿਸਾਸ ਤਾਂ ਮੁੱਕ ਹੀ ਗਿਆ ਨਾ, ਘਰੋਂ ਅਸੀਂ ਤੁਰੇ, ਅੱਬੇ ਤੋਂ ਲਿਆ 200 ਰੁਪਈਆ। ਓਏ ਮੋਰਾ ਕਿੱਥੇ? ਮੋਰਾ ਕਿੱਧਰ ਚਲਾ ਗਿਆ? ਮੋਰਾ ਕਿੱਥੇ? ਕਿਹੜਾ ਇਹਦਾ ਮੋਰਾ? ਦੁਖਦਾ ਲੱਗਦਾ ਮੈਨੂੰ, ਤੇਰਾ ਮੋਰਾ ਟੁੱਟ ਗਿਆ। ਵੇ ਯਾਰ ਦੇਖੋ ਮਾਰਾ ਮੋਰਾ ਕੇ ਬਾਦ ਵੀ ਬਾਤ ਨਹੀਂ ਕਰੋ। ਕਿਉਂ ਕੀ ਗੱਲ? ਪੰਜਵੀਂ ਚ ਪੜਦਾ? ਵੇ ਮੋਰਾ ਹਮਾਰੀ ਮਾਂ ਕਾ ਨਾਮ ਹੈ। ਓਏ ਮਾਵਾਂ ਸਭ ਦੀਆਂ ਸਾਂਝੀਆਂ ਮਾਵਾਂ ਹੁੰਦੀਆਂ। ਯਾਦਰ ਮਾਂ ਕੋ ਮੋਰਾ ਬੋਲਤਾ ਹੈ? ਅੱਛਾ ਅੱਛਾ, ਮਾਂ ਨੂੰ? ਖਾਨ ਸਾਹਿਬ ਮਾਫੀ ਦੇ ਦਿਓ, ਮਾਵਾਂ ਤਾਂ ਸਭ ਦੀਆਂ ਸਾਂਝੀਆਂ ਹੁੰਦੀਆਂ। ਓਏ ਮੋਰਾ ਆਏ ਹਾਏ, ਮਾਂ ਵੱਡੀ ਚੀਜ਼ ਆ, ਮਾਂ ਵੱਡੀ ਚੀਜ਼ ਆ, ਉਹਦੇ ਪੈਰਾਂ ਥੱਲੇ ਜੰਨਤ ਆ ਖਾਨ। ਤੈਨੂੰ ਮੈਂ ਦੱਸਦਾ, ਸਵੇਰ ਦੇ ਅਸੀਂ ਕੰਮ ਲੱਭਣ ਤੁਰੇ ਦੋਵੇਂ ਭਰਾ। ਖਾਨਾ ਦੇ ਖਾਨ ਪਖ ਪਲੇ ਜ਼ਬੂਰ ਦੇ ਯਾਰਾ, ਤਾਂ ਮੈਨੂੰ ਸਮਝ ਆਉਂਦੀ ਆ ਪਖ ਲੱਗੀ ਆ, ਪਖ ਲੱਗੀ ਆ ਮੈਨੂੰ। ਦੋਸਤੈਨ ਗੈਨ ਲਾਮੀਮ ਜੇ ਛੋਟੀ ਜੇ ਜਾਂ ਵੱਡੀ ਜੇ, ਇਹਦੇ ਕੋਲ ਅਸੀਂ ਪਤਾ ਨਹੀਂ ਸਕੂਲੇ ਪੜ੍ਹਨ ਆਏ। ਉਹ ਕਹਿੰਦਾ ਤੁਸੀਂ ਨਿੱਕੇ ਹੁੰਦੇ ਨਹੀਂ ਪੜ੍ਹੇ, ਸ਼ਾਇਦ ਹੁਣ ਪੜ੍ਹ ਲਵੋ। ਚੁੱਪ ਕਰ ਜਾ। ਤੇ ਜਾਬਰ ਖਾਨ ਦਾ ਪੈਰ ਪੋਈ ਤੇ? ਓਏ ਉਹ ਕੌਣ ਆ? ਉਹ ਕੌਣ ਆ? ਤੇ ਦੁਸ਼ਮਣ ਪਸੀਨਾ ਪੂੰਜੀ? ਉਹ ਪੂੰਜੀ ਨਹੀਂ ਯਾਰ, ਪੂੰਜਿਆ ਹੁੰਦਾ ਖਾਨ ਸਾਹਿਬ। ਖਾਨ ਸਾਹਿਬ ਸਵੇਰ ਦੇ ਭੁੱਖੇ ਫਿਰਦੇ ਆ, ਸਾਨੂੰ ਕਿਸੇ ਨੇ ਪਾਣੀ ਨਹੀਂ ਪੁੱਛਿਆ। ਓਏ ਮੋਰਾ ਉਹ ਲੈ ਕੇ ਆਊਗੀ? ਮੋਰਾ ਜੇ ਦੇਖੋ ਕਿਧਰ ਆ ਗਿਆ। ਮੋਰਾ ਹਮਕੋ ਮਾਫੀ ਦੇ ਦੋ, ਮੋਰਾ ਮੋਰਾ ਹਮਕੋ ਮਾਫੀ ਦੇ ਦੋ। ਸਾਈਕਲ ਚੁੱਕਿਆ ਉਹਦਾ? ਓਏ ਖਬਰਦਾਰ ਖਬੀਸ ਕਾ ਬੱਚੀ, ਐਸਾ ਬਾਤ ਕੀ ਹੈ ਤੂੰ? ਹਾਂ ਤੇ ਐਵੇਂ ਮਾਫੀਆ ਮੰਗੀ ਜਾਂਦਾ? ਓਏ ਮੋਰਾ ਉਹ ਦੇਖੋ ਮਾਰਾ ਮੋਰਾ, ਮੈਂ ਕੀ ਦੇਖਾਂ, ਟਿਕਟ ਲਈ ਆ।
ਮੋਰਾ ਦੇਖੋ ਇਧਰ ਅਬ ਕੈਸੇ ਫਸ ਗਿਆ। ਉਹ ਮੋਰਾ ਵਾ ਖਰਾਬ ਕਾ ਬੱਚੀ ਹਮਾਰਾ ਨਾਮ ਜਾਬਰ ਖਾਨ ਹੈ, ਵਾਲਦ ਸਾਹਿਬ ਕਾ ਨਾਮ ਜ਼ਬਰਦਸਤ ਖਾਨ ਹੈ, ਅੱਛਾ ਹਮਾਰੇ ਦਾਦਾ ਕਾ ਨਾਮ ਖਿਦਮਤ ਖਾਨ ਹੈ। ਜਾਣ ਕੇ ਕੁੱਟਦਾ ਸੀ ਉਹ। ਵੇ ਕਿਆ ਬਕਵਾਸ ਕਰਤਾ ਹੈ ਤੁਮ, ਖਬਰਦਾਰ ਹਮਾਰੇ ਦਾਦਾ ਕੇ ਬਾਰੇ ਮੇਂ ਜੋ ਹਮਾਰੇ ਅੱਬਾ ਕੇ ਬਾਰੇ ਮੇਂ ਕੋਈ ਬਾਤ ਬੋਲਾ ਤੋ। ਅੱਬਾ ਹੈਗਾ ਖਾਨ ਮੋਰਾ, ਕਿੱਥੇ ਮੋਰਾ ਵੇ ਕਿਹੜਾ ਮੋਰਾ ਜਿਹੜਾ ਕਹਿੰਦੇ ਆ ਹਾਂ ਤਾਂ ਖਾਨ ਨੇ ਖਾਨ ਪਖਪਲੇ ਜ਼ਬੂਰ ਦੇ ਨਾ ਉਸ ਐਨ ਗਏ ਲਾਮੀਮ ਤੇ ਛੋਟੀ ਜੇ ਵੱਡੀ ਜੇ ਤੁਸੀਂ ਨਾ ਪੂੰਜ ਜੀ ਉਹ ਨਹੀਂ ਗਿਆ ਖਾਨ ਸਾਹਿਬ ਦੇ ਖਾਨਾ ਖਰਾਬ ਕਾ ਬੱਚੀ ਚਲੋ ਯਦਰ ਤੂੰ ਉੱਠ ਪਸੀਨਾ ਪੂੰਜ ਯਦਰ ਉੱਠ 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 ਨਿਕਲ 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 ਗੱਲ ਤਾਂ ਸੁਣੋ ਹਾਂ ਇੱਥੇ ਖਾਨ ਸਾਹਿਬ ਮੋਰਾ ਮੋਰਾ ਕਿੱਥੇ ਆ ਕਿੱਥੇ ਆ ਸਹੀ ਤਾਂ ਹੈਗਾ ਵਾ ਮੋਰਾ ਤੇਰਾ ਸਹੀ ਆ ਮੋਰਾ ਓਏ ਮੋਰਾ ਬੜਾ ਕਿਹੜੇ ਦੀ ਗੱਲ ਕਰਦਾ ਉਹ ਜਿਹੜਾ ਸਾਰੀ ਦਿਹਾੜੀ ਗਿਣਤੀ ਪੜ ਕੇ ਲੱਗੇ ਰਹਿੰਦੇ ਰੋੜਾ ਦੇ ਅੱਛਾ ਅੱਛਾ ਮੋੜਾ ਕਿਤੇ ਨਾਲੀ ਕੱਢ ਕਿਤੇ ਮੋਰਾ ਕੱਢ ਅੱਛਾ ਮੈਂ ਸਮਝ ਗਿਆ ਉਹ ਜਿਹੜਾ ਟੋਇਆ ਕੱਢਦੇ ਉਹਨੂੰ ਕਹਿੰਦੇ ਆ ਮੋਰਾ ਖਾਨਾ ਖਰਾਬ ਕੇ ਬੱਚੀ ਹਮ ਤੁਮਕੋ ਮਾਰ ਦੇਗਾ ਯਾਰਾ ਤੁਮ ਹਮਾਰੇ ਦੇ ਕਤਲ ਹੋ ਜਾਏਗਾ ਖਬਰਦਾਰ ਹਮਾਰਾ ਮੋਰਾ ਕੇ ਬਾਰੇ ਮੇਂ ਕੋਈ ਬਾਤ ਕੀ ਕਿਸੇ ਨੇ ਪਾਣੀ ਦਾ ਨਹੀਂ ਪੁੱਛਿਆ ਰੋਟੀ ਦਾ ਨਹੀਂ ਪੁੱਛਿਆ ਨਾ ਕਿਸੇ ਨੇ ਛਾਵੇਂ ਬਿਠਾਇਆ ਪੱਖ ਪੱਖ ਇਹ ਅੱਜ ਅੱਜ ਚ ਇੰਨਾ ਕਾਲਾ ਹੋ ਗਿਆ ਅੰਡਾ ਨਾ ਦੇ ਦੀ ਇੱਥੇ ਹੀ ਕਿੰਨੀ ਦੇਰ ਹੋ ਗਈ ਨੌਕਰੀ ਕਰਦੇ ਨੂੰ ਯਾਰ 6 ਮਾਹ ਹੋ ਗਏ ਜਦੋਂ ਆਇਆ ਅੱਛਾ ਇੱਕ ਮਾਹ ਦਾ ਤਨਖਾਹ ਨਹੀਂ ਮਿਲਾ ਅਭੀ ਤੱਕ ਤੇ 6 ਮਹੀਨੇ ਤੋਂ ਉਦੋਂ ਹੀ ਲੱਗਾ ਹੋਇਆ ਤੇ ਸਾਨੂੰ 1000 ਕਿਹਨੇ ਦੇਣਾ ਸੁਬਾਹ ਦੇ ਤੁਰੇ ਆ ਕਿਸੇ ਨੇ ਨਹੀਂ ਪੁੱਛਿਆ ਬਹੁਤ ਬੰਦਾ ਤੂੰ ਆ ਮੈਨੂੰ ਲੱਗਦਾ ਤੇਰੇ ਦਿਲ ਚ ਅਹਿਸਾਸ ਆ ਹਾਂਜੀ ਦੇਖੋ ਯਾਰ ਯੇ ਧਰਮ ਚੌਕੀਦਾਰਾ ਕਰਤਾ ਹੈ ਬੜੀ ਮਜ਼ਦੂਰੀ ਕਰਦਾ ਹੈ ਇਧਰ ਕਾ ਸਾਰਾ ਜ਼ਿੰਮੇਵਾਰੀ ਹਮਾਰਾ ਹੈ ਹਾਂ ਯੇ ਦੁਕਾਨ ਵੁਕਾਨ ਜੋ ਹੈ ਯੇ ਸਾਰਾ ਹਮਾਰੀ ਜ਼ਿੰਮੇਵਾਰੀ ਪੇ ਹੋਤਾ ਹੈ ਹਾਂ ਯੇ ਇਧਰ ਕਈ ਦਫਾ ਐਸੋ ਵੋ ਤਾਲਾ ਕੁਲਾ ਛੋੜ ਕੇ ਚਲਾ ਗਿਆ ਲੇਕਿਨ ਹਮ ਇਮਾਨਦਾਰ ਆਦਮੀ ਹੈ ਪਟਾਨ ਲੋਗ ਹੈ ਇੱਕ ਜ਼ਬਾਨ ਹੈ ਬਿਲਕੁਲ ਹਮਨੇ ਉਸਕਾ ਦੁਕਾਨ ਕਾ ਸਾਰੇ ਰਾਤ ਰਖਵਾਲੀ ਕੀਆ ਹਾਂ ਇਧਰ ਹਮ ਉਸਕਾ ਰਖਵਾਲੀ ਕਰਤਾ ਰਹਾ ਉਧਰ ਸੇ ਦੋ ਦੁਕਾਨੇ ਲੂਟ ਕੇ ਲੈ ਗਿਆ ਮਾਰੀ ਗੱਲ ਉਹਨੇ ਜੋ ਮਾਲਕ ਕਾ ਸਦਰ ਥਾ ਹੈ ਜੋ ਮਾਰਕੀਟ ਕਾ ਸਦਰ ਥਾ ਉਸਨੇ ਹਮੇ ਪਕੜ ਕੇ ਤਾਲੇ ਪਕੜਵਾ ਲੀਏ ਆਏ ਹੋ ਰੱਬਾ ਕੌਣ ਸਾਹ ਚੁੱਪ ਕਰੋ ਚੁੱਪ ਕਰੋ ਤੁਮ ਜਬ ਰੋਤਾ ਹੈ ਨੌਕਰ ਤੁਮ ਜਬ ਰੋਤਾ ਹੈ ਤੋ ਹਮਕੋ ਹਮਾਰਾ ਖੱਚਰ ਯਾਦ ਆਤਾ ਹੈ ਖਾਨ ਸਾਹਿਬ ਤੁਸੀਂ ਬੜੇ ਗਮ ਚਰਾਉਣ ਦੇ ਸਾਨੂੰ ਖੱਚਰ ਦੱਸਣ ਦੇ ਇਹ ਖੱਚਰ ਲੱਗਦਾ ਤੁਹਾਨੂੰ ਓ ਯਾਰ ਤੁਮ ਹਮਾਰਾ ਪਹਾੜੀ ਬੱਕਰੀ ਜੈਸਾ ਲੱਗਦਾ ਹੈ ਖਰਾਬ ਕੇ ਬੱਚਾ ਹਮਾਰੇ ਸਾਥ ਮਜ਼ਾਕ ਮਜ਼ਾਕ ਨਹੀਂ ਕਰੋ ਖਾਨ ਹਮ ਬੜਾ ਸਖਤ ਆਦਮੀ ਹੈ ਕਿੰਨੇ ਬੱਚੇ ਮੋਰਾ ਤੇਰਾ ਕਿਹੜਾ ਇੱਥੇ ਗਿੱਟਾ ਤੇਰਾ ਹਿੱਲ ਗਿਆ ਕਿਹੜਾ ਮੋਰਾ ਹਿੱਲ ਗਿਆ ਇੱਥੇ ਕੋਈ ਮੋਰਾ ਨਜ਼ਰ ਨਹੀਂ ਆਉਂਦਾ ਕਿਹੜੇ ਮੋਰੇ ਨੂੰ ਰੋਈ ਜਾਂਦਾ ਖਾਨ ਤੂੰ ਕਹਿੰਦੇ ਤੁਸੀਂ ਮਹਿਮਾਨ ਨਮਾਜ਼ੀ ਬਹੁਤ ਕਰਦੇ ਹੋ ਹਾਂ ਨਾ ਹਮ ਯਦਰ ਹਮਾਰਾ ਬੜਾ ਦਾਵਤ ਹੋਤਾ ਹੈ ਜਬ ਕਿਸੀ ਕਾ ਮਹਿਮਾਨ ਆਤਾ ਹਮ ਉਸਕੋ ਸਰ ਪੇ ਬਿਠਾਤਾ ਹੈ ਅੱਛਾ ਹਮ ਉਸਕਾ ਖਿਆਤਰ ਤਵਾਜ਼ੋ ਕਰਤਾ ਹੈ ਸਿਰ ਤੇ ਬਿਠਾ ਹਮ ਉਸਕੋ ਸਲਾਜੀਤ ਕਲਾਤਾ ਹੈ ਸਿਰ ਤੇ ਬਿਠਾ ਹਮ ਉਸਕੋ ਪਹਾੜੋ ਪੇ ਲੈ ਕੇ ਜਾਤਾ ਹੈ ਹਮ ਉਸਕੋ ਖੁਸ਼ਕ ਮੇਵਾ ਕਿਲਾਤਾ ਹੈ ਹਮ ਉਸਕੋ ਦੁੰਬਾ ਕੜਾਈ ਕਲਾਤਾ ਹੈ ਦੇਖਿਆ ਤੈਨੂੰ ਮੈਂ ਕਿਹਾ ਸੀ ਨੇ ਸਿਰ ਤੇ ਬਿਠਾਉਂਦੇ ਹੋ
यार हम उसको अपना सर पे बिठाते हैं। बैजा 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 बरखा नखराब के बच्ची ये क्या करती है? तो आप ही तो क्या भी सिर पे बिठाऊंगे यार। दजा बरखा दे पैर पोई दे ਦਾ ਦੁਸ਼ਮਣ ਪਸੀਨਾ ਪੂੰਜੀ ਉਹ ਕਹਿੰਦਾ ਜਾਬਰ ਖਾਨ ਦੇ ਪੈਰ ਧੋ ਦੇ ਇੱਕ ਵਾਰੀ। ਉਹ ਕਹਿੰਦਾ ਮੈਂ ਜਾਬਰ ਖਾਨ ਦੇ ਧੋ ਕੇ ਪੈਰ ਪਾਣੀ ਪੀਨਾ ਵਾ। ਜਾਬਰ ਖਾਨ ਆਪ ਆ ਉਹ ਤੈਨੂੰ ਕਹਿੰਦਾ ਜਾਬਰ ਖਾਨ ਦੇ ਪੈਰ ਧੋ ਦੇ ਤੈਨੂੰ ਮਾਫ਼ ਕਰ ਦੂ। ਦਖਾ ਨਾ ਰੇ ਖਾਨ ਪੱਖ ਪਲੇ ਜ਼ਬਰ ਦੇ ਛੋਟੀ ਜੇ ਵੱਡੀ ਜੇ ਕੋਈ ਵੀ ਨੀ ਜੇ ਨਾ ਛੋਟੀ ਜੇ ਨਾ ਵੱਡੀ ਜੇ ਕਿੱਥੇ ਆ ਤੇਰਾ ਹਿੱਲ ਗਿਆ ਮੋਰਾ ਤੇਰਾ ਗੋਡਾ ਹਿੱਲੇ ਤੇਰਾ ਗਿੱਟਾ ਹਿੱਲੇ ਮੋਰਾ ਲੱਗਦਾ ਤੇਰਾ ਵੀ ਮੋਰਾ ਤੁਹਾਡਾ ਬੂ ਦੇਖ ਕੇ ਹਮਕੋ ਹਮਾਰੀ ਵੋ ਖਾਰਿਸ਼ ਵਾਲੀ ਕੁੱਤੀ ਯਾਦ ਆਤੀ ਹੈ। ਤੈਨੂੰ ਕਹਿਣ ਦਿਆ ਤੈਨੂੰ ਕਹਿਣ ਦਿਆ ਵਿੱਚ ਤਾਂ ਤੂੰ ਬੈਠਾ ਵਾ। ਭੁੱਖ ਬਹੁਤ ਲੱਗੀ ਆ ਯਾਰ ਤੁਮਕੋ ਭੁੱਖ ਲੱਗਾ ਸੁਬਾਹ ਦਾ ਕੱਖ ਨੀ ਕਰਦਾ ਨਾ ਅਬਸੂਮ ਬੱਚੇ ਨੇ ਵੀ ਨੀ ਖਾਦਾ ਬੜਾ ਭੁੱਖ ਲੱਗਾ ਤੇ ਆਪਾਂ ਦੋਵੇਂ ਮੰਗਣ ਚੱਲੀਏ ਫਿਰ ਤੈਨੂੰ ਦਖਾ ਨਾ ਖਰਾਬ ਕਾ ਬੱਚਾ ਪਠਾਨ ਲੋਕ ਮੰਗਤਾ ਹੈ ਓਏ ਹਮ ਗੈਰਤ ਵਾਲਾ ਕੌਮ ਹੈ ਗੈਰਤ ਵਾਲਾ ਲੋਕ ਹੈ ਨਹੀਂ ਬੜੇ ਹਮ ਕਿਸੇ ਕੇ ਆਗੇ ਹੱਥ ਨਹੀਂ ਪਿਲਾਤਾ। ਅੱਛਾ ਹਾਂ ਕੁਝ ਨਹੀਂ ਜੇ ਮੇ ਕੋ ਡਾਲ ਜੇ ਹਮ ਬੋਲਤਾ ਨਹੀਂ ਬਹੁਤ ਤੇਰੇ ਸਦਕੇ ਜਾਵਾਂ ਖੁਦਾਰ ਆਦਮੀ ਹੈ ਦਜਾ ਬਰਖਾਂ ਦੇ ਪੈਰ ਪੋਈ ਦੇ ਦਾ ਦੁਸ਼ਮਣ ਪਸੀਨਾ ਪੂੰਜੀ ਖਾਨ ਸਾਹਿਬ ਆ ਮੁੱਛਾ ਨਾ ਹਾਂ ਮੂਚੇ ਕਾਨ ਅਗਰ ਆਪਕਾ ਬੱਚਾ ਹਮਾਰਾ ਮੂਚ ਜੈ ਵੋ ਹਮਾਰੀ ਨਿਸ਼ਾਨੀ ਹੈ ਹਮਾਰੀ ਮਰਦਾਨਗੀ ਕੀ ਨਿਸ਼ਾਨੀ ਹੈ ਇਹਨੂੰ ਐਂ ਕਰਕੇ ਰੇਸ ਦੇ ਲਈ ਦੀ ਖੈਨ ਖਰਾਬ ਕਾ ਬੱਚੀ ਬਕਵਾਸ ਕਰਤੀ ਆਗੇ ਸੇ ਬਕਵਾਸ ਕਰਤੀ ਹੈ ਖਾਸਾ ਭੁੱਖ ਬਹੁਤ ਲੱਗੀ ਹੈ ਸੁਬਾ ਦਾ ਕੱਖ ਨਹੀਂ ਖਾਦਾ ਦਖਾ ਨਾ ਰਖਾਨ ਪੱਖ ਵਾਲੇ ਜ਼ਬਰ ਦੇ ਜਾਓ ਜ਼ੈਨ ਗੈਨ ਲਾ ਮੀਮ ਚ ਛੋਟੀ ਜੀ ਜਾਂ ਵੱਡੀ ਜੀ ਪਤਾ ਨਹੀਂ ਇਹ ਦੇਸ਼ ਦਾ ਨਾਮ ਲੈਣ ਡਿਆ ਵਾ ਮੈਨੂੰ ਸਮਝ ਨਹੀਂ ਆਉਂਦਾ ਇਹ ਪਤਾ ਨਹੀਂ ਰੋਟੀ ਦਾ ਨਾਮ ਲਈ ਜਾਂਦਾ ਪਸ਼ਤੋ ਚ ਗੋਸ਼ਤ ਕਹਿਣ ਡਿਆ ਵਾ ਹਾਂ ਇਹ ਤਾਂ ਹਮਾਰਾ ਇੱਕ ਦੋਸਤ ਹੈ ਅੱਛਾ ਉਸਕਾ ਨਾਮ ਹੈ ਅਲੀ ਜਾਨ ਭੱਟੀ ਖਾਂ ਅੱਛਾ ਜੀ ਵਾ ਪਠਾਨ ਹੈ ਵੋ ਨਿਆਜ਼ੀ ਪਠਾਨ ਹੈ ਅੱਛਾ ਜੀ ਹਾਂ ਇਹ ਤਾਂ ਬੜਾ ਅਮੀਰ ਆਦਮੀ ਹੈ ਅਮੀਰ ਆਦਮੀ ਹਾਂ ਹਮ ਉਸਕੇ ਪਾਸ ਜਾਤਾ ਹੈ 8 ਦਿਨ ਬਾਅਦ ਮੰਗਣ ਮਾ ਵਾ ਖਾਨਾ ਖਰਾਬ ਕਾ ਬੱਚਾ ਗੈਰਤਮੰਦ ਲੋਕ ਹੈ ਮੰਗਤਾ ਨਹੀਂ ਹੈ ਕਿਸੇ ਸੇ ਅੱਛਾ ਜੀ ਹਾਂ ਦਾ ਖਾਨਾ ਦੇ ਪਾਨ ਪੱਖ ਪਲੇ ਜ਼ਬਰ ਦੇ ਦਾ ਉਸ ਜੈਨ ਗੈਨ ਲਾ ਮੀਮ ਜੇ ਛੋਟੀ ਜੇ ਵੱਡੀ ਜੇ ਮੋਰਾ ਵੱਡੀ ਜੇ ਇਹ ਖਾਨ ਸਾਹਿਬ ਮੋਰਾ ਜੇ ਮੋਰਾ ਤੁਹਾਡਾ ਹੀ ਨਾਮ ਆ ਹਾਂਜੀ ਪਿਓ ਦਾ ਤੁਹਾਡਾ ਰੋਸ਼ਨਦਾਨ ਹੋਣਾ ਖਾਨ ਖਰਾਬ ਕਾ ਬੱਚਾ ਹਮਾਰੇ ਬਾਪ ਕਾ ਨਾਮ ਜ਼ਬਰਦਸਤ ਖਾਨ ਹੈ ਜ਼ਬਰਦਸਤ ਖਾਨ ਕੀ ਉਹ ਪਠਾਸ ਆ ਹਾਂ ਵਾ ਹਮਾਰਾ ਇਹ ਦੇ ਐਸੇ ਹੀ ਨਾਮ ਹੁੰਦਾ ਹੈ ਪਠਾਸ ਤੁਹਾਡੀ ਜੈਸਾ ਨਾਮ ਨਹੀਂ ਹੁੰਦਾ ਇਹ ਦੇ ਕੀ ਹਾਂ ਬੂਤਾ ਫਕੀਰੀਆ ਅਜੀਬ ਗਰੀਬ ਨਾਮ ਹੁੰਦਾ ਤੁਹਾਡਾ ਤੁਹਾਡੇ ਵੀ ਨਹੀਂ ਹੁੰਦੇ ਅੱਲਾ ਰੱਖਾ ਉਤੋਂ ਡਿ ਗਿਆ ਤੇ ਅੱਲਾ ਰੱਖਾ ਵਾ ਯਾਰ ਇਹ ਹਮਾਰਾ ਡਰਾਮੇ ਵਰਾਮੇ ਵਾਲਾ ਮਜੀਬ ਬਾਤੇ ਨਹੀਂ ਕਰੋ ਹਮਾਰੇ ਸਾਹਿਬ ਨਹੀਂ ਖਾਨ ਸਾਹਿਬ ਹੁਣ ਸਾਨੂੰ ਭੁੱਖ ਲੱਗੀ ਆ ਯਾਰ ਵਾ ਤੁਮ ਪਤਾ ਐਸੇ ਕਰੋ ਇਹ ਦਰਬਾਰ ਹੈ ਲਸੂੜੀ ਸ਼ਾਹ ਤੂੰ ਹੀ ਉੱਥੇ ਲਿਆਉਣਾ ਕਭੀ ਕਭੀ ਉਧਰ ਜਾਤਾ ਹੈ ਯਾਰ ਤੇਰੀ ਖੁਦਾਰੀ ਤੋਂ ਸਦਕੇ ਜਾਵਾਂ ਯਾਰ ਯਾਰ ਉਹ ਫਕੀਰ ਕਾ ਦਰ ਹੈ ਉਧਰ ਤੇ ਸਾਰਾ ਦੁਨੀਆ ਮੰਗਤਾ ਹੈ ਹਮ ਮੰਗ ਲੈਤਾ ਹੈ ਤਾਂ ਕੀ ਹੋਊਗਾ ਤੂੰ ਤਾਂ ਅੱਠੇ ਵੀ ਨਹੀਂ ਮੰਗਦਾ ਦਜਾ ਬਰਖਾਂ ਦੇ ਪੈਰ ਪੋਈ ਦੇ ਦਾ ਦੁਸ਼ਮਣ ਪਸੀਨਾ ਪੂੰਜੀ ਓਏ ਉਹ ਹਸੇ ਪੈਰਾਂ ਨਾਲ ਤੂੰ ਮੰਗਣ ਜਾਣਾ ਉੱਥੇ ਯਾਰ ਚਲੋ ਇੱਧੇ ਉੱਠੋ ਇੱਧੇ ਇੱਧੇ ਚੋਰੀ ਮੋਰੀ ਹੋ ਗਿਆ ਤਾਂ ਕੌਣ ਜ਼ਿੰਮੇਦਾਰ ਨਹੀਂ ਉਹ ਤੇਰੀ ਗੱਲ ਸਹੀ ਆ ਖਾਨ ਸਾਹਿਬ ਅਸੀਂ ਚੋਰ ਨਹੀਂ ਹੈਗੇ ਅਸੀਂ ਤਾਂ ਮਜ਼ਦੂਰ ਆਦਮੀ ਆ ਸਾਨੂੰ ਭੁੱਖ ਲੱਗੀ ਆ ਕੰਮ ਨਹੀਂ ਮਿਲਿਆ ਅੱਜ 8 ਦਿਨ ਹੋ ਗਏ ਇੱਥੇ ਫਿਰਦੇ ਆਂ ਫੈਸਲਾਬਾਦ ਦੇ ਵਿੱਚ 8 ਬਾਜ਼ਾਰਾਂ 'ਚ ਤੇ ਖਾਨ ਸਾਹਿਬ ਰੋਟੀ ਖਿਲਾ ਦੇ ਤੇਰੀ ਮਿਹਰਬਾਨੀ ਹੈ ਦਖਾਨ ਦਖਾਨ ਪੱਖ ਪਲੇ ਜ਼ਮੋਰ ਦੇ ਓਏ ਉਹ ਤਾਂ ਮੈਨੂੰ ਪਤਾ ਪਹਿਲਾਂ ਰੋਟੀ ਤਾਂ ਮੰਗਾ ਅਲਫਲਾਮੀਮ ਜੇ ਛੋਟੀ ਜੇ ਜਾਂ ਵੱਡੀ ਜੇ ਹਾਂ ਉਹ ਅਸੀਂ ਉਹ ਕਹਿੰਦਾ ਛੋਟਾ ਗੋਸ਼ਤ ਜਾਂ ਵੱਡਾ ਗੋਸ਼ਤ ਤੈਨੂੰ ਵੀ ਸਮਝ ਨਹੀਂ ਆਉਂਦੀ ਵੱਡਾ ਗੋਸ਼ਤ ਬੜਾ ਗੋਸ਼ਤ ਕਹੇਗਾ ਨਾਨ ਕਹੇਗਾ ਹਾਂ ਨਾਨ ਵੀ ਨਹੀਂ ਮਿਲੇਗਾ ਬੜਾ ਗੋਸ਼ਤ ਵੀ ਨਹੀਂ ਕਹੇਗਾ ਨਾਨ ਰੋਗਣੀ ਹੋਣ ਰੋਗਣੀ ਨਾਨ ਨਾਨ ਹਮ ਤੁਮਕੋ ਦੁੰਬਾ ਕੜਾਈ ਖਿਲਾਏਗਾ ਦੁੰਬਾ ਕੜਾਈ ਯਕ ਦੁੰਬਾ ਕੜਾਈ ਯਕ ਦੁੰਬਾ ਇਹ ਕੋਈ ਹੋਰ ਹੀ ਕੜਾਈ ਆ ਕੜਾਈ ਕਹਿਣ ਦਿਆ ਯਕ ਠੁੰਡੀ ਇਹ ਚਰਸੀ ਕਬਾਬ ਹੈ ਇਧਰ ਉਹ ਕਿਹੜਾ ਚਰਸੀ ਕਬਾਬ ਵਾ ਇਹ ਤੇਰਾ ਮਾਰਾ ਉਹ ਇਲਾਕੇ ਕਾ ਲੋਗ ਹੈ ਅੱਛਾ ਜੀ ਉਧਰ ਹਮ ਜਾਤਾ ਹੈ 8 ਦਿਨ ਬਾਅਦ ਕੀ ਕਰਨ ਉਧਰ ਸੇ ਹਮ ਦੁੰਬਾ ਕੜਾਈ ਕਾ ਕਹਤਾ ਹੈ ਜਰਸੀ ਕੜਾਈ ਚਰਸੀ ਅੱਛਾ ਚਰਸ ਨੂੰ ਤੂੰ
ਭੋਨਾ ਲਾਉਂਦੇ ਹਾਂ। ਵੋ ਯਾਰ ਨਹੀਂ, ਉਧਰ ਕਾ ਸਟਾਈਲ ਹੈ, ਵੋ ਚੱਸੀ ਕੜਾਈ ਕਹਤੇ ਹੈ ਇਸਕੋ, ਇਸਕਾ ਬੜਾ ਮਜ਼ਾ ਆਤਾ ਹੈ। ਕਿੱਦਾਂ ਖਾਨ ਸਾਹਿਬ ਕਿੱਦਾਂ ਪੱਕਦੀ ਆ ਉਹ? ਵੋ ਯਾਰ ਵੋ ਇਤਨਾ ਕੜਾਈ ਹੋਤਾ ਹੈ, ਇਹਨੂੰ ਦੱਸ ਦਿਓ, ਇਤਨਾ ਜ਼ਿਆਦਾ ਗੋਸ਼ਤ ਮੋਸ਼ਤ ਹੋਤਾ ਹੈ। ਅੱਛਾ, ਵੋ ਕੜਾਈ ਮੇਂ ਸਾਰਾ ਗੋਸ਼ਤ ਮੋਸ਼ਤ ਡਾਲਤਾ ਹੈ? ਡਾਲਤਾ। ਉਸਕੇ ਬਾਅਦ ਉਸਕੋ ਬੰਦ ਕਰ ਦੇਤਾ ਹੈ। ਕਿਉਂ? ਆਟੇ ਕੇ ਸਾਥ ਉਸਕੋ ਉਸਕਾ ਹਵਾ ਬਾਹਰ ਨਹੀਂ ਨਿਕਲਨੇ ਦੇਤਾ। ਅੱਛਾ, ਜ਼ਿਪ ਲਾ ਦਿੰਨੇ ਖਾਨ ਸਾਹਿਬ। ਹਾਂ, ਉਸਕੇ ਉੱਪਰ ਵੋ ਕੋਇਲਾ ਪੈਂਕਤਾ ਹੈ। ਕੋਇਲਾ? ਕੋਇਲਾ ਉਸਕੇ ਉੱਪਰ ਪੈਂਕਤਾ ਹੈ। ਕੋਇਲਾ? 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 ਵੇ ਯਾਰ ਕਿਆ ਬੋਲਦੇ ਮੋਰਾ? ਆਲਾ ਵੇ, ਇੱਕ ਤਾਂ ਮੋਰਾ ਲੈ ਕੇ ਬਹਿ ਗਿਆ, ਪਤਾ ਨਹੀਂ ਇਹਨੂੰ ਮਿਰਗੀ ਦਾ ਦੌਰਾ ਪੈਂਦਾ, ਮਿੰਟ ਬਾਅਦ ਮੈਨੂੰ ਸਮਝ ਨਹੀਂ ਆਇਆ। ਮਾਰਾ ਮੋਰਾ ਜੋ ਹੈ ਹਮਾਰੇ ਲਈ ਜੁਮੇ ਕੇ ਜੁਮੇ ਕੜਾਈ ਬਣਾਤਾ ਤਾ। ਮੋਰਾ ਮਾਰਾ ਨਹੀਂ ਬਣਾਤਾ ਤਾ, ਤੈਨੂੰ ਮੈਂ ਕਿਹਾ ਸੀ ਨਾ ਇਹ ਆਪਣੀ ਮਾਂ ਨਾਲ ਬੜਾ ਪਿਆਰ ਕਰਦਾ। ਬਹੁਤ ਕਰਦਾ ਪਿਆਰ, ਆਗ ਲਗਾ ਦਿੱਤਾ ਤਾ ਮਾਰਾ ਮਾਂ ਐਦਾਂ ਪੱਥਰ 'ਚ ਪੱਥਰ ਮਾਰ ਕੇ। ਵੋ ਯਾਰ ਉਧਰ ਪੱਥਰ ਜੋ ਹੋਤਾ ਹੈ, ਗਰਮ ਪੱਥਰ ਹੋਤਾ ਹੈ, ਉਸਕੇ ਉੱਪਰ ਕੜਾਈ ਰੱਖ ਕੇ ਬੜਾ ਸਵਾਦ ਕਾ ਬਣਤਾ ਹੈ, ਟੇਸਟੀ ਬਣਦਾ, ਬੜਾ ਮਜ਼ੇਦਾਰ ਬਣਤਾ ਹੈ। ਅੱਛਾ ਜੀ, ਹਾਂ ਸਮਗਵਾ ਯਾਰ, ਉੱਥੇ ਥੋੜਾ ਜਿਹਾ ਮੋਰਾ ਥੋੜਾ ਜਿਹਾ ਗੱਲ ਦੇ। ਵੋ ਹਮਾਰਾ ਮੋਰਾ ਕੇ ਸਾਥ ਮਜ਼ਾਕ ਕਰਤਾ ਹੈ, ਹਮਾਰੇ ਮੋਰਾ ਕੇ ਸਾਥ ਮਜ਼ਾਕ ਕਰਤਾ ਹੈ। ਯਾਰ ਸਾਡੀ ਵੀ ਮਾਂ ਮਾਂ ਦਖਾਨ ਅਲ ਖਾਨ ਪਖ ਫਲੇ ਜ਼ਮੂਰ ਸੇ ਰੋ ਸੈਨ ਗੇ ਲਾਮੀਮ ਜੇ ਛੋਟੀ ਜੇ ਵੱਡੀ ਜੇ, ਪਤਾ ਨਹੀਂ ਇਹਨੇ ਦੋਣੀ ਦਾ ਪਾੜਾ ਚੇਤੇ ਕੀਤਾ ਹੋਇਆ ਵਾ। ਉਹ ਛੋਟਾ ਗੋਸ਼ਤ ਵੱਡਾ ਗੋਸ਼ਤ ਕਹਿੰਦਾ ਵਾ। ਅੱਛਾ ਯਾਰ ਦੇਖੋ, ਹਾਂ ਤੂੰ ਪਰੇਸ਼ਾਨ ਹੈ। ਹਾਂ ਯਾਰ, ਹਾਂ ਭੂਖ ਲਗਾ ਹੈ? ਹਾਂ ਭੂਖ ਬਹੁਤ ਲਗਾ। ਦਰਦ ਦਿਲ ਆਦਮੀ ਹੈ। ਅੱਛਾ ਜੀ, ਪਛਾਣ ਜੋ ਹੋਤਾ ਹੈ ਵੋ ਦਰਦ ਦਿਲ ਹੋਤਾ ਹੈ, ਦਲੇਰ ਹੋਤਾ, ਸੱਚਾ ਹੋਤਾ ਹੈ। ਬਿਲਕੁਲ ਜੀ, ਬਿਲਕੁਲ। ਹਮ ਤੁਮਕੋ ਦੇਖੋ ਯੇ ਮਮਨੇ ਆਪਣੇ ਲਈ ਰੱਖਾ ਹੈ ਸੁਬਹ ਕੋ ਨਾਸ਼ਤੇ ਕੇ ਲੀਏ ਪੈਸੇ, ਹਮ ਤੁਮਕੋ ਇਸਮੇ ਸੇ ਥੋੜੇ ਸੇ ਪੈਸੇ ਦੇ ਦੇਤਾ ਹੈ। ਚਲੋ ਯੇ ਦੇਖੋ, ਯੇ ਦੇਖੋ, ਯੇ ਦੇਖੋ, ਨਿਕਲੋ ਨਿਕਲੋ ਨਿਕਲੋ, ਯੇ ਦੇਖੋ ਬੜਾ ਛੁਪਾ ਕੇ ਰੱਖਾ ਹੈ ਹਮਨੇ, ਯੇ ਦੇਖੋ, ਯੇ ਦੇਖੋ, ਯੇ ਦੇਖੋ। ਹਾਂ ਸਾਹਿਬ, ਤੂੰ ਬੜਾ ਨੇਕ ਬੰਦਾ ਯਾਰ, ਬਹੁਤ ਨੇਕ ਬੰਦਾ। ਇਹ ਦੇਖੋ, ਬੰਦੇ ਹੋਣੇ ਚਾਹੀਦੇ ਆ ਇਦਾਂ ਦੇ, ਇਦਾਂ ਦੇ, ਇਦਾਂ ਦੇ। ਪਠਾਨ ਕੌਮ ਹੈ ਹੀ ਸ਼ਦਾਦੀ ਆ, ਸ਼ਦਾਦੀ, ਸ਼ਦਾਦੀ ਕੌਮ। 500 ਕਾ ਨੋਟ ਹੈ ਇਹ ਦੇਖੋ, ਇਹਦੇ ਉੱਤੋਂ ਦੀ ਸੜਕ ਬਣੀ ਹੈ ਇਦਾਂ ਦੇਖਣ ਲਈ। ਇਹ ਹਮ ਅਸਲੀ ਔਰ ਨਕਲੀ ਕਾ ਪਹਿਚਾਨ ਦੇਖਤਾ ਹੈ। ਅੱਛਾ ਜੀ, ਇਹ ਇਧਰ ਸੇ ਦੇਖੋਗੇ ਤੇ ਤੁਮਕੋ ਅਸਲੀ ਨਜ਼ਰ ਆਏਗਾ। ਇਹ ਦੇਖੋ, ਦੇਖੋ ਜ਼ਰਾ ਇਧਰ ਸੇ ਦੇਖੋ, ਦੇਖੋ। ਹਾਂ ਸਲਾ ਖਾਨ, ਇਹ ਦੇਖੋ, ਦੇਖੋ ਇਧਰ ਸੇ, ਲੰਬਰ ਵੀ ਪੂਰੇ ਆ। ਇਹ ਦੇਖੋ, ਇਧਰ ਸੇ ਦੇਖੋ, ਯੇ ਦੇਖੋ ਆ ਪਾਰਕ ਵੀ ਬਣੀ ਹੈ। ਕੋਈ ਬਕਵਾਸ ਨਹੀਂ ਕਰੋ, ਖਾਨਾ ਖਰਾਬ ਕੋ ਬੱਚਾ, ਯੇ ਹਮਾਰਾ ਉਧਰ ਇਲਾਕਾ ਕਾ ਤਸਵੀਰ। ਅੱਛਾ 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 ਅੱਛਾ, ਹਾਂ ਯੇ ਹਮਨੇ ਅਸਲੀ ਵਾਲਾ ਤੁਮਕੋ ਦੇ ਰਹੇ, ਵਰਨਾ ਉਧਰ ਹਮ ਆਪਣਾ ਵੀ ਬਣਾ ਲੇਤਾ। ਖਾਸਾ ਵੱਲਾ ਮੀਆਂ ਨੇ ਤੈਨੂੰ ਬਣਾ ਦੇਣਾ। ਹਾਂ ਯੇ ਲੋ, ਯੇ 500 ਰੁਪਏ, ਹਾਂ ਯੇ ਖਾਨਾ ਖਰਾਬ ਕੋ ਬੱਚਾ, 200 ਤੁਮਾਰਾ ਔਰ 200 ਤੁਮਾਰਾ। ਤੈਨੂੰ ਕਿਹਾ ਸੀ ਨਾ ਵੀ ਖਾਨ ਔਰ 100 ਰੁਪਏ ਤੁਮਨੇ ਹਮਕੋ ਵਾਪਸ ਦੇ ਕੇ ਜਾਣਾ ਹੈ। ਉਹ ਕਿਉਂ? ਵੋ ਯਾਰ ਹਮਨੇ ਵੀ ਕਿਰਾਇਆ ਬਰਾਇਆ ਰੱਖਣਾ ਹੈ। ਆਹੋ, ਤੂੰ ਨਾਸ਼ਤਾ ਕਰੇਗਾ। ਚਲੋ ਤੁਸੀਂ ਸਵੇਰ ਤੋਂ ਮੰਗ ਲਈਓ ਮੰਗਤਾ ਨਹੀਂ, ਖਾਨਾ ਖਰਾਬ ਕਰ ਬੱਚਾ, ਹਮਾਰੇ ਸਾਥ ਕੈਸੇ ਬਕਵਾਸ ਕਰਦੀ ਹੈ? ਚੁੱਪ ਕਰ, ਦਜਾਬਰ ਖਾਨ ਦੇ ਪੈਰ ਪੋਈ ਦੇ ਜਾਂ ਦੁਸ਼ਮਣ ਪਸੀਨਾ ਪੂੰਜੀ ਪੂੰਜ ਦੇ ਪੈਰ ਉਹਦੇ ਪੈਰ ਸਾਹਿਬ। ਕੀ ਬਾਤ ਆ, ਅੱਲਾ ਮੀਆਂ ਨੇ ਤੈਨੂੰ ਇੰਨਾ ਕੁ ਦੇਣਾ ਨਾ, ਇੱਥੇ ਬਹਿ ਖਾ। ਓਏ ਮੋਰਾ, ਇੱਥੇ ਆ ਮੋਰਾ, ਹਮਾਰੇ ਮੋਰਾ ਕੇ ਲਈ ਦੁਆ ਕਰ ਲੈ ਯਾਰ। ਯਾਰ ਤੁਹਾਡੇ ਦੇਖੋ ਜੀ, ਅਸੀਂ ਤਾਂ ਸਭ ਦੀਆਂ ਮਾਵਾਂ ਲਈ ਦੁਆ ਕਰਦੇ ਹਾਂ, ਅੱਲਾ ਮੀਆਂ ਉਹਨਾਂ ਤੇ ਰਹਿਮਤ ਕਰੇ, ਪਾਕਿਸਤਾਨ ਦੀਆਂ ਦੁਨੀਆਂ ਦੀਆਂ ਮਾਵਾਂ ਤੇ ਅੱਲਾ ਰਹਿਮਤ ਕਰੇ। ਖਾਨ ਸਾਹਿਬ ਤੁਹਾਡੀ ਮਾਂ ਤੇ ਵੀ, ਤੁਹਾਡੇ ਪਿਓ ਤੇ ਵੀ ਰਹਿਮਤ ਕਰੇ, ਮੈਂ ਤਾਂ ਕੁਛ ਕਿਹਾ ਹੀ ਨਹੀਂ। ਬਾਲਾ ਮਸਤ ਲੱਗਣ ਡਿਆ ਤੂੰ ਮੈਨੂੰ, ਅੱਲਾ ਮੀਆਂ ਖਾਨ ਸਾਹਿਬ ਤੁਹਾਡੀ ਮਾਂ ਨੂੰ ਜੰਨਤ ਨਸੀਬ ਕਰਾ। ਕੋਈ ਯਾਰ ਬੜਾ ਤੁਹਾਨੂੰ 200 ਪਰ ਦੇ ਖਾਨ ਭਾਈ ਯਾਰ, ਬੜਾ ਮਿਹਰਬਾਨੀ। ਓਏ ਮੋਰਾ, ਲੈ ਹੁਣ ਰੋਈ ਜਾ ਬੇਟਾ। ਓ ਯਾਰ 100 ਰੁਪਏ ਆਪਕੋ ਵਾਪਸ ਲਾ ਕੇ ਦੇ ਦੇਣਾ, ਹਮਲੇ ਵਿੱਚ ਸੁਬਹ ਨਾਸ਼ਤਾ ਮਾਸ਼ਤਾ ਕਰ ਲੈ, ਦਾ ਖਾਨਾ ਦੇ ਖਾਨ ਪਖ ਪਲੇ ਜ਼ਬੂਰ ਦੇ, ਦਾ ਉਹ ਸੈਨ ਗਏ ਲਾ ਮੀਮ ਜੇ ਛੋਟੀ ਜੇ ਜਾਂ ਵੱਡੀ ਜੇ। ਵੋ ਖਾਨਾ ਖਰਾਬ ਕੇ ਬੱਚੇ ਕਿੱਧਰ ਗਏ? ਵੋ ਕਿੱਧਰ ਗਿਆ? ਵੋ ਹਮਾਰਾ 500 ਰੁਪਏ ਲੈ ਕੇ ਭਾਗੇ, ਵੋ ਖਾਨਾ ਖਰਾਬ ਕੇ ਬੱਚੀ।